ਸਤਿ ਸ਼੍ਰੀ ਅਕਾਲ ਦੋਸਤੋ, ਟਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਹਾਂ। ਤੁਹਾਨੂੰ ਦੱਸ ਦਈਏ ਕਿ ਇੰਨੇ ਦਿਨੀ ਬੱਬੂ ਮਾਨ ਦੇ USA ਟੂਰ ਚੱਲ ਰਿਹਾ ਹੈ ਤੇ USA ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਬੂ ਮਾਨ ਦੇ ਲਾਈਵ ਸ਼ੋਅ ਹੋ ਰਹੇ ਹਨ। USA ਦੇ ਹੀ ਇੱਕ ਸ਼ੋਅ ਵਿੱਚ ਬੱਬੂ ਮਾਨ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਵਿਰੋਧ ਕਰਨ ਲਈ ਸਿੱਧੂ ਮੂਸੇਵਾਲਾ ਦੇ ਇੱਕ ਕੱਟੜ ਫੈਨ ਨੇ ਅਨੋਖਾ ਤਰੀਕਾ ਵਰਤਿਆ। ਇਸ ਫੈਨ ਨੇ ਪਹਿਲਾਂ ਇੱਕ ਜਹਾਜ਼ ਕਿਰਾਏ ਤੇ ਲਿਆ ਤੇ ਫਿਰ ਉਸ ਪਿੱਛੇ ਇੱਕ ਬੈਨਰ ਵੀ ਉਡਾਇਆ ਜਿਸ ਉੱਪਰ ਸਿੱਧੂ ਮੂਸੇਵਾਲਾ ਦੇ SVL ਗੀਤ ਦੀ ਲਾਈਨ ਲਿਖੀ ਹੋਈ ਸੀ, ਜਿਸ ਵਿੱਚ ਸਿੱਧੂ ਮੂਸੇਵਾਲਾ ਨੇ ਬੱਬੂ ਮਾਨ ਨੂੰ ਟਾਰਗੇਟ ਕੀਤਾ ਸੀ। ਇਸ ਲਾਈਨ ਵਿੱਚ ਲਿਖਿਆ ਸੀ ਕਿ ਦੋਗਲਿਆਂ ਦੇ ਬਾਹ ਨਹੀਂ ਦਿੰਦੇ ਅੜਬ ਪੰਜਾਬੀ। ਬੱਬੂ ਮਾਨ ਦੇ ਸ਼ੋਅ ਤੇ ਆਏ ਸੀ, ਉੱਤੇ ਕਹਿੰਦੇ ਜਹਾਜ਼ ਲਾਇਆ ਹੋਇਆ ਲਿਖ ਕੇ ਦੋਗਲਿਆਂ ਦੇ ਬਾਹ ਨਹੀਂ ਦਿੰਦੇ। ਇਸ ਦੇ ਨਾਲ ਹੀ ਇੱਕ ਫੈਨ ਨੇ ਸ਼ੋਅ ਦੀਆਂ ਕੁਝ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉੱਥੇ ਕੋਈ ਵੀ ਵੀਡੀਓ ਤੇ ਫੋਟੋਗ੍ਰਾਫਰ ਨਹੀਂ ਸੀ, ਸ਼ੋਅ ਦੇ ਆਰਗੇਨਾਈਜ਼ਰ ਖੁਦ ਹੀ ਵੀਡੀਓ ਬਣਾ ਰਹੇ ਸਨ। ਬਾਈ ਮੈਂ ਕੱਲ੍ਹ ਕਰਨ ਲੱਗਿਆ ਆਪਣੀ ਜਿਹੜਾ ਸ਼ੋਅ ਹੋਇਆ 22 ਤਰੀਕ ਨੂੰ, ਆਪਣਾ ਸ਼ੋਅ ਹੋਇਆ ਸੈਂਟਰ ਕੈਂਟ ਵਾਸ਼ਿੰਗਟਨ ਦੇ ਵਿੱਚ। ਆਪਣੀ ਸਾਰੀਆਂ ਗਲਤੀਆਂ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਦੀਆਂ ਸੀਗੀਆਂ। ਅੱਜ ਤੱਕ ਬਹੁਤ ਸਿੰਗਰ ਦੇਖੇ ਆ 20-22 ਸਾਲਾਂ 'ਚ ਬਾਹਰ ਰਹਿੰਦੇ, ਪਹਿਲਾ ਸ਼ੋਅ ਦੇਖਿਆ ਹੈ ਜਿੱਥੇ ਕੋਈ ਵੀਡੀਓਗ੍ਰਾਫਰ ਅਤੇ ਫੋਟੋ ਸ਼ੂਟ ਵਾਲਾ ਨਹੀਂ ਸੀਗਾ। ਉਹ ਆਪ ਪ੍ਰਬੰਧਕ ਆਪ ਵੀਡੀਓ ਦੇ ਕਲਿੱਪ ਬਣਾ ਬਣਾ ਕੇ ਪਾਉਂਦੇ ਸੀਗੇ। ਪਹਿਲਾ ਸ਼ੋਅ ਦੇਖਿਆ ਪਹਿਲਾਂ